इनका गैंग बने हुए इस चीज़ के, इस करके तदी फड़के लिया जो फड़े हकीकत दसांगे ये सारा समान आप पाउडर मिले असी वह भी सोच रहे हैं ठीक है बंदा नशा करता है जे नशा जो कोलो कहे तो नहीं मिलिया यदि बॉडी असी नंगी करके नहीं देखी यहाँ हजे हो सकता है बॉडी कितने की नशा रुक हो चीज छोटी हकी कि गैप करी बैठा हो गड्डी इंजन में रखी बैठा हो हजे जिन्ना साडे कोले आया बैग बूग फरोले है जेड़ा लेडीज समान मिलता है ये अनमैरिड बंदा लेडीज समान किवें रख रहा है पहली गल साडा सवाल है असी प्रशासन भी कहा है प्रशासन दाणा मंडी में उस टाइम से प्रशासन भी अणगहली करी असं उन्होंने कह रहे भी इन चंगी तरह पुछो जो बंदा नौ लिया चको इतों मंडी कला का नौ लिया बाई सिद्धू पुर वाले गए इन्होंने भी आके इतने मंडी कला कह भी से मंडी कला बंदे ने भी नाम लें आप सड़क जाम करते हैं भी जिन्ना चक्कर साडा वड्डा अधिकारी गल नहीं होंगी डी एस पी या एस एस पी नाल आया नहीं इतने कोई हरे अजे तक इतने कोई नहीं आया विश्वास किवें आओ एक साडी राखी लई वर्दी आ जिहड़ी सानू विश्वास बने भी साडी राखी करनगे अज ओह वर्दी करबेमी नाल होई नशे दे दस्तकार फड़िया गया तो फिर सानू किवें विश्वास आऊ इन्हां ते इस करके असी मुकरद नहीं जो मीडियम गल कहांगे सही कहांगे असी ना डरन वाले आ क्योंकि 12-13 साल सानू जसेबंदियां काम करते हुए हो गए जे असी डरना हुंदा असी ਇਹ ਜਸੇਬੰਦੀਆਂ ਜੀ ਨਹੀਂ ਸੀ ਉਹ ਲੀਡਰਾਂ ਜੀ ਬਹਿੰਦੇ ਫਿਰ ਬਾਪੂ ਜੀ ਇਹ ਗੱਲ ਦੱਸੋ ਡੇਲੀ ਵਾਂਗੂ ਆਉਂਦਾ ਇਹ ਡੇਲੀ ਆਉਂਦਾ ਸੀ ਉਦੋਂ ਇਹੀ ਗੱਡੀ ਗੱਡੀ ਵੀ ਇਹੀ ਹਾਂ ਉਹ ਗੱਡੀਆਂ ਨੇ ਕਮਾਲ ਨਹੀਂ ਹੁੰਦੇ ਮੈਂ ਦੱਸਦਾ ਬਾਈ ਨੂੰ ਜੀ ਜੀ ਪਟਿਆਲੇ ਵਾਲੇ ਰਾਹ ਤੇ ਆਸੀਂ ਸਿੱਧੂਪੁਰ ਜਥੇ ਵਿੱਚ ਕੰਮ ਕਰਦੇ ਆ ਜੀ ਅਸੀਂ ਇਤੂ ਇੱਕ ਵੇਨ ਮਹੀਨਾ ਪਹਿਲਾਂ ਜੀ ਜੀ ਸਾਡੇ ਗਿਲਕਲਾ ਐਸਐਚਓ ਨੂੰ ਗੱਡੀ ਦਾ ਨੰਬਰ ਦਿੱਤਾ ਹੈਗਾ ਵੀ 3 ਘੰਟੇ ਗੱਡੀ ਖੜਦੀ ਹੈ ਜੀ ਇਹ ਇੰਨੇ ਨੰਬਰ ਦੀ ਗੱਡੀ ਹੈ ਮੰਡੀ ਕੋਲ ਤੋਂ ਪਿੱਥੋਂ ਨੂੰ ਜਿਹੜੀ ਸੜਕ ਜਾਂਦੀ ਹੈਗੀ ਉੱਥੇ ਗੱਡੀ ਖੜਦੀ ਹੈ ਘੱਟੋ ਘੱਟ ਰੋਜ਼ ਇਹਦੇ ਕੋਲੇ 5-10 ਮੋਟਰਸਾਈਕਲ ਡੋਰ ਡੇਲੀ ਮੁੜਦੇ ਹੈਗੇ ਇਹ ਵੀ ਦੱਸ ਕੇ ਆਏ ਅਸੀਂ ਐਸਐਚਓ ਸਾਹਿਬ ਨੂੰ ਵੀ ਉਹਦੇ ਇਨਕੁਆਇਰੀ ਕਰੀ ਜਾਵੇ ਤੁਸੀਂ ਜਾਓ ਗੱਡੀ ਦਾ ਨੰਬਰ ਦਿੱਤਾ ਤੁਹਾਨੂੰ ਪਰ ਹਾਲ ਤੱਕ ਉਹਦਾ ਗੱਡੀ ਨਹੀਂ ਪੜੀ ਅੱਜ ਵੀ ਅਸੀਂ ਐਸਐਚਓ ਨੂੰ ਫੋਨ ਲਾਇਆ ਪਰ ਉਹਨੇ ਫੋਨ ਨਹੀਂ ਚੱਕਿਆ ਮੁੱਕ ਕਿਹੜੇ ਐਸਐਚਓ ਨੇ ਗਿਲਕਾ ਦਰਸ਼ਨ ਲਈ ਅੱਛਾ ਉਹ ਉਹਨਾਂ ਨੂੰ ਨੰਬਰ ਦਿੱਤਾ ਵਾ ਗੱਡੀ ਦਾ ਗੱਡੀ ਦਾ ਨੰਬਰ ਦਿੱਤਾ ਵਾ ਇੱਕ ਮਹੀਨਾ ਹੋਇਆ ਸਾਨੂੰ ਨੰਬਰ ਦਿੱਤਾ ਸਾਰੀ ਜਥੇਬੰਦੀ ਤੇ ਸਾਡੀ ਜੋ ਕਮੇਟੀ ਬਣੀ ਵੀ ਹੈ ਉਹ ਨੰਬਰ ਲਿਖਾ ਕੇ ਆਇਆ ਗੱਡੀ ਦਾ ਉਹਨਾਂ ਨੇ ਕੋਈ ਕੋਈ ਕਾਰਵਾਈ ਨਹੀਂ ਰਹੀ ਗੱਡੀ ਤੋਂ ਉਸ ਤੋਂ ਬਾਅਦ ਵੀ ਇਹ ਗੱਡੀ ਰੋਜ਼ ਆਉਂਦੀ ਹੈ ਡੇਲੀ ਆਉਂਦੀ ਹੈ ਜੀ 2-3 ਘੰਟੇ ਖੜਦੀ ਹੈ ਇੱਥੇ ਉਹ ਤੋਂ ਲੈ ਕੇ 3 ਘੰਟੇ ਤੱਕ दूर खेत 4 किलोमीटर दूर है जी उथे केवला कप्पे भी सब कुछ जेड़ा कुछ इन्हां नूं मिलदा वो कर दिया जी आपकी हरकत जिन्नी कहिंदा तां हुंदी आ चुप कर जो आ बोलचा आ दूजे पासे पुलिस खड़ी कहिंदी आ कहिंदी असीं रेड मारांगे हुण एक पासे पुलिस आ बेची जांदी आ देखो लै ਕੀ ਇਹਨਾਂ ਦਾ ਯਕੀਨ ਕਰੂ ਕਿੱਧਰ ਨੂੰ ਜਾਵਾਂਗੇ ਸ਼ਰਮ ਆਉਣੀ ਚਾਹੀਦੀ ਯਾਰ ਵਰਦੀ ਦੀ ਆ ਵਰਦੀ ਆ ਆ ਲਾ ਬਈ ਬੁੱਢਾ ਗਰਾਉਂਡ ਬਾਬਦੇ ਜਿੰਨ ਵੀ ਲੱਗਦੇ ਤੂੰ ਕਿਉਂ ਤੁਸੀਂ ਪਰ ਆਏ ਆ ਫਿਰ ਉੱਥਾ ਇਲਜ਼ਾਮ ਲਾਈ ਜਾਂਦੇ ਮੈਂ ਬੇਇੱਜ਼ਤ ਕਰਦਾ ਉਹ ਬਈ ਮੈਂ ਆ ਪੱਟਿਆ ਮੈਂ ਕਿਉਂ ਪੱਟੂ ਉਹ ਤਾਂ ਦੱਸਦਾ ਵੀ ਛੋਟੇ ਪਿੰਡ ਦੇ ਯਾਰ ਛੋਟੇ ਪਿੰਡ ਕੌਣ ਆ ਨਾਮ ਤਾਂ ਲੈ ਦੇ ਨਾ ਸਾਰਿਆਂ ਦੇ ਨਾਮ ਲੈ ਦੇ ਕਈ ਆ ਲੈਗਾ ਬਈ ਸਭ ਨੂੰ ਪਤਾ ਪਰ ਆਏ ਅਗਲਾ ਦੂਜੇ ਦੇ ਮੁੰਡੇ ਨਾ ਤੁਸੀਂ ਵੀ ਦੱਸ ਦੱਸਦਾ ਕਾਲਾ ਸਿੰਘ ਜੀ ਕਾਲਾ ਸਿੰਘ ਲਈ ਪਤਾ ਹੈ ਸਾਰਿਆਂ ਨੂੰ ਦੱਸ ਕਈ ਕਿਹੜੀ ਪੱਤੀ ਦਾ ਬਾਈ ਕਿਹੜੀ ਪੱਤੀ ਪੱਤੀ ਦਾ ਨਹੀਂ ਬਾਈ ਗੁਰਦੁਆਰੇ ਕੋਲੇ ਨੂੰ ਥਾਂ ਸਾਰਾ ਕੁਝ ਦਿਖਾਦਾ ਸੀ ਮੈਂ ਆ ਕੇ ਜਾਂਦਾ ਹਾਂ ਤਾਜੋ ਪੱਤੀ ਦਾ ਕਾਲਾ ਕਿਹੜਾ ਹੈ ਫਿਰ ਬਾਈ ਤੁਸੀਂ ਪੈਸੇ ਲੈਣੇ ਤੇ ਬਾਈ ਬਹੁਤ ਕਰਨੇ ਬਾਈ ਲਿਖ ਲਿਖ ਦੇ ਸਰ ਇਸ ਵੀ ਤੱਕ ਵੀ ਪਹੁੰਚ ਗਈ ਹੈ ਪਰ ਕੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਹੋਈ ਸਭ ਪਤਾ ਇਹਨਾਂ ਨੂੰ ਸਾਰਿਆਂ ਦੀਆਂ ਲਿਸਟਾਂ ਇਹਨਾਂ ਕੋਲੇ ਹੈਗੀਆਂ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਸਭ ਦੀਆਂ ਲਿਸਟਾਂ ਇਹਨਾਂ ਕੋਲੇ ਬਾਈ ਨੇਮ ਦਿੱਤੇ ਹੋਏ ਕੁੱਤੀ ਚੋਰਾਂ ਨਾਲ ਰਲੀ ਪਈ ਹੈ ਜਮਾ ਨਰੋਲ ਕਹਿੰਦੇ ਆ ਸਰਕਾਰ ਨਸ਼ਾ ਬਕਾ ਰਹੀ ਹੈ ਨਸਲਕੁਸ਼ੀ ਕਰ ਰਹੀ ਹੈ ਸਾਡੀ ਸਾਡੇ ਜਵਾਕ ਮਰਵਾ ਰਹੀ ਹੈ ਛੋਟੇ ਪਿੰਡ ਚ ਇਧਰ ਆਮ ਚੱਲਦਾ ਕੰਮ ਬਿਲਕੁਲ ਆਮ ਚੱਲਦਾ ਕੁੱਲਾ ਨਸ਼ਾ ਚੱਲਦਾ ਚੋਰੀਆਂ ਹੁੰਦੀਆਂ ਨੇ ਬਾਈ ਨੇਮ ਦਿੱਤਾ ਲੋਕ ਲੋਕ ਚੈਨ ਦੀ ਨੀਂਦ ਨਹੀਂ ਸੌ ਸਕਦੇ ਅਸੀਂ ਤਾਂ ਬਦਲਾ ਲਿਆਂਦਾ ਸੀ ਲੋਕਾਂ ਨੇ ਰਲ ਕੇ ਅਸੀਂ ਇਹੋ ਜਿਹਾ ਬਦਲਾ ਨਹੀਂ ਚਾਹੁੰਦੇ ਸੀ ਭਗਵੰਤ ਮੰਨਾ ਅਸੀਂ ਤੈਨੂੰ ਬੇਨਤੀ ਕਰਦੇ ਆ ਬਾਰ ਬਾਰ ਅਸੀਂ ਇਹੋ ਜਿਹਾ ਬਦਲਾ ਨਹੀਂ ਚਾਹੁੰਦੇ ਸੀ ਲੋਕਾਂ ਨੂੰ ਤਾਂ ਇਥੋਂ ਬਹੁਤ ਵੱਡੀ ਆਸ ਸੀ ਪਰ ਤੂੰ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਹੈ ਜੀ ਹਾਂਜੀ ਬਾਪੂ ਜੀ ਕੀ ਮੌਕੇ ਦਾ ਦੋ ਹੱਥ ਖੜ ਗਏ ਆ ਦੋ ਹੱਥ ਖੜ ਗਏ ਤਿੰਨ ਆ ਗਿਆ ਚੜੀਆਂ ਆ ਗਈਆਂ ਸਰਿੰਜਾ ਵੀ ਕੋਈ ਬਰਾਮਦ ਹੋ ਗਿਆ ਸੋ ਲਾਲ ਬੱਤੀ ਵੀ ਆ ਗੱਡੀ ਵੀ ਆ ਨੌਜਵਾਨ ਕੋਲੇ ਉਹ ਮੰਨ ਵੀ ਰਿਹਾ ਹੈਗਾ ਪੁਲਿਸ ਵਾਲਾ ਵੀ ਜਿਹੜਾ ਉਹ ਨਸ਼ਾ ਲਾਉਂਦਾ ਹੈਗਾ ਪਰ ਬੇਇੱਜ਼ਤੀ ਨਹੀਂ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਨੇ ਕਿਸੇ ਵੀ ਸਰਕਾਰ ਦੀ ਗੱਲ ਕਰਦੇ ਆ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਨਸ਼ੇ ਨੂੰ ਲੈ ਕੇ ਪਰ ਅਸਲ ਦੇ ਵਿੱਚ ਗਰਾਊਂਡ ਦੇ ਉੱਤੇ ਕੀ ਸਥਿਤੀ ਆ ਉਹ ਤੁਸੀਂ ਦੇਖ ਸਕਦੇ ਹੋ ਮੁੱਕੇ ਸਰਕਾਰ ਵਾਲੀ
ਕਾਲਾ ਕਿਹੜਾ ਹੈ ਫਿਰ ਬਾਈ ਤੁਸੀਂ ਪਿੰਡ ਲੈਣੇ ਬਾਈ ਬਹੁਤ ਪਿੰਡ ਲੈ ਬਾਈ ਲਿਖ ਲਿਖਦੇ ਸਰ